मेरे साहा, मैं हर दर्शन सुख होए। मेरे साहा, मैं हर दर्शन सुख होए। मेरे साहा, मैं हर दर्शन सुख होए। ਸਿੰਘ ਦਾ ਕਰਦਾ ਹਾਂ ਜਿਹਨਾਂ ਨੇ ਉੱਤਮ ਉਪਰਾਲਾ ਕੀਤਾ ਔਰ ਬੜੇ ਦੂਰ ਦੁਰਾਡੇ ਦੇ ਇਲਾਕੇ ਵਿੱਚ ਜਾ ਕੇ ਜਦੋਂ ਕਦੀ ਉਹਨਾਂ ਨੂੰ ਫੋਨ ਕਰੋ ਪਤਾ ਚੱਲਦਾ ਹੈ ਕਿ ਮੈਂ ਤਿਕੁਨੀਆ ਹਾਂ, ਫਿਰ ਕਦੇ ਫੋਨ ਕਰੋ ਤਾਂ ਪਤਾ ਚੱਲਦਾ ਹੈ ਕਿ ਮੈਂ ਨੇਪਾਲ ਹਾਂ, ਫਿਰ ਕਦੇ ਪਤਾ ਫੋਨ ਕਰੋ ਤਾਂ ਕਹਿੰਦੇ ਨੇਪਾਲ ਹਾਂ, ਕਦੇ ਫੋਨ ਕਰੋ ਤਾਂ ਕਿਸੇ ਇਲਾਕੇ 'ਚ ਖਬਰ ਮਿਲਦੀ ਹੈ। ਇਹ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਸੰਗਤਾਂ ਸੁਸ਼ੋਭਿਤ ਹੋਈਆਂ ਹਨ। ਇਹ ਸੱਚ ਜਾਣਿਓ, ਮੇਰਾ ਤਾਂ ਕਲੇਜਾ ਬਾਗ ਬਾਗ ਹੋ ਰਿਹਾ ਹੈ ਤੁਹਾਡੇ ਸਭ ਦੇ ਦਰਸ਼ਨ ਕਰਕੇ। ਇਹ ਸੰਗਤਾਂ ਦੇ ਦਰਸ਼ਨ ਨਹੀਂ ਹੋ ਰਹੇ, ਮੈਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਆਪ ਦਰਸ਼ਨ ਹੋ ਰਹੇ ਨੇ। ਪਰ ਤੱਕ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਲਖਨਊ ਤੋਂ, ਮਟੇਰਾ ਤੋਂ, ਲਖੀਮਪੁਰ ਤੋਂ, ਤਿਕਨੀਆਂ ਤੋਂ, ਤਮਾਮ ਦੂਰ ਦੁਰਾਡਿਆਂ ਦੇ ਇਲਾਕਿਆਂ ਤੋਂ ਸੰਗਤ ਆਈ ਹੈ। ਮੇਰੇ ਸ਼ਬਦ ਖਾਮੋਸ਼ ਹੋ ਜਾਂਦੇ ਹਨ ਕਿ ਜਦ ਇਤਨੀ ਦੂਰੋਂ ਧਰਤੀ ਤੋਂ ਸਾਡੀਆਂ ਗੁਰੂ ਦੀਆਂ ਲਾਡਲੀਆਂ ਸੰਗਤਾਂ ਆਉਂਦੀਆਂ ਹਨ। ਇਸ ਤਰ੍ਹਾਂ ਸਤਸੰਗ ਦਾ ਜੱਥਾ ਇੱਥੇ ਪਹੁੰਚਿਆ ਹੈ। ਮੈਂ ਬੜੇ ਸਨਮਾਨ ਦੇ ਨਾਲ ਬੀਬੀ ਕਮਲਜੀਤ ਕੌਰ ਇਸਤਰੀ ਸਤਸੰਗ ਦਾ ਜੱਥਾ ਲੈ ਕੇ ਇੱਥੇ ਪਹੁੰਚੇ, ਉਹਨਾਂ ਦਾ ਪਠਾਨਕੋਟ ਧੰਨਵਾਦ। ਮੈਂ ਦਿਲ ਦੀ ਗਹਿਰਾਈਆਂ ਦੇ ਨਾਲ ਪੋਪਲੀ ਲਾਇਓ ਤੇਰਾ ਤੇਰਾ ਦਾ ਬਹੁਤ ਹਾਰਦਿਕ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਪੂਰੇ ਵਰਲਡ ਲੈਵਲ 'ਚ ਬਹੁਤ ਅਲਪ ਸੰਖਿਆ ਵਿੱਚ, ਅਲਪ ਸਮੇਂ ਦੇ ਵਿੱਚ ਆਪਣਾ ਪਰਚਮ ਝੁਲਾਇਆ ਹੈ। ਅਸੀਂ ਘਰ ਬੈਠੇ ਹਾਂ ਪੋਪਲੀ ਲਾਇਓ ਤੇਰਾ ਤੇਰਾ ਦੇ ਦੁਆਰਾ। ਇਹ ਭਾਈ ਸਾਹਿਬ ਪਿੱਛੇ ਆਏ ਹੋਏ ਹਨ, ਬੜੇ ਨਿਮਾਣੇ ਜਿਹੇ ਬੰਦੇ ਹਨ ਔਰ ਪੂਰੇ ਸਿੱਖੀ ਸਰੂਪ ਵਿੱਚ ਹਨ। ਮੈਂ ਇਹਨਾਂ ਨੂੰ ਇਸ ਸਟੇਜ ਦੇ ਮਾਧਿਅਮ ਨਾਲ ਨਮਨ ਕਰਦਾ ਹੋਇਆ ਇੱਥੇ ਉਹਨਾਂ ਦਾ ਸਵਾਗਤ ਸਤਿਕਾਰ ਅਭਿਨੰਦਨ ਕਰਦਾ ਹਾਂ। ਮੈਂ ਭੈਣ ਕਮਲਜੀਤ ਕੌਰ ਨੂੰ ਔਰ ਉਹਨਾਂ ਦੇ ਜੱਥਿਆਂ ਨੂੰ ਬੁਲਾਵਾਂ। ਉਸ ਤੋਂ ਪਹਿਲਾਂ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਬਹੁਤ ਹੀ ਖੂਬਸੂਰਤ ਜਿਹਾ ਪ੍ਰੋਗਰਾਮ ਇਹ ਬਾਬਾ ਜੀ ਨੇ ਉਲੀਕਿਆ ਹੈ ਔਰ ਮੈਨੂੰ ਸਟੇਜ ਦੀ ਜ਼ਿੰਮੇਵਾਰੀ ਦਿੱਤੀ ਹੈ। ਫਿਜ਼ੀਕਲੀ ਤੌਰ 'ਤੇ ਮੈਂ ਕਥਾ ਕਰਦਾ ਹੁੰਦਾ ਹਾਂ, ਪਰ ਕਹਿੰਦੇ ਹਨ ਕਿ ਜੇ ਸ਼ਿਹੂਰ ਦੇ ਉੱਤੇ ਗੁਰੂ ਸਾਹਿਬ ਨੇ ਹੱਥ ਰੱਖ ਦਿੱਤਾ ਨਾ, ਉਹ ਵੀ ਗੀਤਾ ਦੇ ਅਰਥ ਕਰਨ ਲੱਗਾ। ਇਹ ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਹੈ ਕਿ ਇਤਨਾ ਵੱਡਾ ਕੰਮ ਉਹਨਾਂ ਨੇ ਮੈਨੂੰ ਦਿੱਤਾ ਹੈ। ਮੈਂ ਆਈ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਹਾਰਦਿਕ ਸਤਿਕਾਰ, ਆਭਾਰ ਔਰ ਅਭਿਨੰਦਨ ਵਿਅਕਤ ਕਰਨਾ। ਬੜਾ ਸੀਮਿਤ ਜਿਹਾ ਸਮਾਂ ਹੈ, ਮੈਂ ਆਪਣੇ ਸ਼ਬਦਾਂ ਨੂੰ ਵੀ ਸੰਕੋਚਾਂਗਾ। ਨੇਪਾਲ ਦੀ ਧਰਤੀ ਤੋਂ ਪਧਾਰੇ ਹੋਏ ਜਥੇ ਭਾਈ ਅਜੀਤ ਸਿੰਘ ਔਰ ਭਾਈ ਕੋਸ਼ਾ ਸਿੰਘ, ਤੁਹਾਨੂੰ ਪਤਾ ਹੈ ਬਹੁਤ ਵੱਡੀ ਗੱਲ ਮੈਂ ਦੱਸਣ ਲੱਗਾ ਹਾਂ ਕਿ ਸਾਡੇ ਜਿੱਥੇ ਘਰ ਦੇ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ, ਸਿੱਖੀ ਸਰੂਪ ਵਿੱਚ ਦਾਖਲ ਨਹੀਂ ਹੁੰਦੇ, ਜਿਹਦੇ ਉਹਨਾਂ ਨੂੰ ਕਹੋ ਕਿ ਬੇਟਾ ਦਾੜੀਆਂ ਕਿਉਂ ਕਟਾਈਆਂ ਹੋਣ, ਕਹਿੰਦੇ ਇੱਥੇ ਕੋਈ ਅੰਬ ਲਾਣੇ ਨੇ। ਜੇ ਕਹੋ ਬੇਟਾ ਕਿ ਅੱਛੀ ਗੁਰਦੁਆਰੇ ਜਾਇਆ ਕਰੋ, ਨਿਤਨੇਮ ਦਾ ਪਾਠ ਕਰਿਆ ਕਰੋ, ਕਹਿੰਦਾ ਇਹ ਤੁਸੀਂ ਕਰੋ, ਸਾਡੇ ਵਸ ਦੀ ਗੱਲ ਨਹੀਂ, ਅਸੀਂ ਨਹੀਂ ਕਰਦੇ ਹਾਂ। ਦਿਲ ਲੈ ਕੇ ਕੁੜੀ ਗੁਜਰਾਤ ਦੀ ਗਾਣਾ ਆਉਂਦਾ ਹੈ, ਪਰ ਖਾਲਸਾ ਮੇਰਾ ਰੂਪ ਹੈ ਖਾਸ ਦੀ ਗੱਲ ਨਹੀਂ ਆਉਂਦੀ ਹੈ। ਮੈਂ ਬੜੇ ਫਖਰ ਔਰ ਗਰਵ ਦੇ ਨਾਲ ਜਿਨ੍ਹਾਂ ਬੱਚਿਆਂ ਨੂੰ ਦਾਸ ਨੇ ਟ੍ਰੇਨ ਕੀਤਾ ਹੈ, ਸਿੱਖ ਮਿਸ਼ਨਰੀ ਕਾਲਜ ਦਾ 3 ਸਾਲਾ ਕੋਰਸ ਡਿਪਲੋਮਾ ਪ੍ਰਾਪਤ ਕਰਕੇ ਇੱਥੇ ਪਹੁੰਚੇ ਹਨ। ਔਰ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ, ਮੈਂ ਪ੍ਰਿਵਿਲੇਜ ਲੈਂਦੇ ਹੋਏ ਆਪਣਾ ਅਧਿਕਾਰ ਸਮਝਦਿਆਂ ਇਸ ਬੱਚਿਆਂ ਨੂੰ ਸੰਗਤਾਂ ਦੇ ਨਾਲ ਰੂਬਰੂ ਕਰਾਉਣਾ ਚਾਹੁੰਦਾ ਹਾਂ। ਔਰ ਕੌਸ਼ਲ ਸਿੰਘ ਜਿਹੜਾ ਕੌਸ਼ਲ ਕੁਮਾਰ ਹੈ, ਅਜੀਤ ਕੁਮਾਰ ਜਿਹੜਾ ਅਜੀਤ ਸਿੰਘ ਬਣ ਗਿਆ, ਖੰਡੇ ਬਾਟੇ ਦੀ ਪਾਹੁਲ ਇਹਨਾਂ ਨੇ ਛਕੀ ਹੈ। ਔਰ ਇਸਦੇ ਨਾਲ ਹੋਰ ਬਹੁਤ ਸਾਰੇ ਬੱਚੇ ਦਸ ਸੇਵਕਾਂ ਨੇ ਤਿਆਰ ਕੀਤੇ ਹਨ। ਮੁਸਲਮਾਨਾਂ ਦਾ ਉਹ ਇਲਾਕਾ ਜਿੱਥੇ 99% ਆਬਾਦੀ ਮੁਸਲਮਾਨਾਂ ਦੀ, ਉੱਥੇ ਇਸ ਤਰੀਕੇ ਦੇ ਬੱਚੇ ਤਿਆਰ ਹੋਏ ਹਨ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨਹੀਂ ਤੇ ਹੋਰ ਕੀ ਹੈ? ਜਿੱਥੇ ਸਾਡੇ ਘਰ ਦੇ ਬੱਚੇ ਨਹੀਂ ਮੰਨਦੇ, ਉੱਥੇ ਇਹਨਾਂ ਬੱਚਿਆਂ ਨੇ ਖੰਡੇ ਬਾਟੇ ਦਾ ਪਾਹੁਲ ਲਿਆ ਹੈ। ਔਰ ਇਹ ਭਈਏ ਜਿਹੜੇ ਭਈਏ ਹਨ, ਦੂਸਰੀ ਕੌਮ ਦੇ ਹਨ, ਦੂਸਰੀ ਜਾਤ ਦੇ ਹਨ, ਦੂਸਰੇ ਮਜ਼ਹਬ ਦੇ ਹਨ, ਕਿਤੇ ਇਹਨਾਂ ਦੇ ਇਲਾਕੇ 'ਚ ਅੱਲਾਹੁ ਅਕਬਰ, ਕਿਤੇ ਇਹਨਾਂ ਦੇ ਇਲਾਕੇ ਵਿੱਚ ਰਾਮਾਇਣ ਦੇ ਸ਼ਬਦ, ਕਿਤੇ ਗੀਤਾ ਦੇ ਸ਼ਬਦ ਗੂੰਜਦੇ ਹਨ। ਪਰ ਇਹਨਾਂ ਨੇ ਡਿਊਟੀ ਮੈਂ ਲਾ ਦਿੱਤੀ ਹੈ ਦਸ ਸੇਵਕਾਂ ਨੇ ਅਕਾਲ ਪੁਰਖ ਦੀ ਬਖਸ਼ਿਸ਼ ਕਰ ਨੇਪਾਲ ਦੀ ਧਰਤੀ, ਉੱਥੋਂ ਮੈਂ ਇੱਕ ਸ਼ਬਦ ਵਾਸਤੇ ਇਹਨਾਂ ਨੂੰ ਬੁਲਵਾਇਆ ਹੈ।
ਬੇਟੇ ਨੂੰ ਪ੍ਰਵਾਨ ਕਰਦਿਆਂ ਹੋਇਆਂ ਇੱਕ ਸ਼ਬਦ ਦੀ, ਕਿਉਂਕਿ ਸਮਾਂ ਬੜਾ ਸੀਮਿਤ ਜਿਹਾ ਹੈ, ਕੇਵਲ ਔਰ ਕੇਵਲ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ। ਉਸ ਤੋਂ ਬਾਅਦ ਇਹ ਮੋਟਰਸਾਈਕਲ ਤੋਂ ਨੇਪਾਲ ਜਾ ਰਿਹਾ, ਕਿਉਂਕਿ 25 ਤਾਰੀਖ ਨੂੰ ਉੱਥੇ ਬਹੁਤ ਵੱਡਾ, ਇੱਕ ਵੱਡੇ ਪੱਧਰ 'ਤੇ ਮਹਾਰਾਣੀ ਜਿੰਦਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਬਨਕਟਵਾ ਵੀ ਬਣਿਆ ਹੋਇਆ, ਜਿੱਥੇ ਸਿੱਖਣ ਪੁਲਵਾ ਬਣਿਆ ਉੱਥੇ ਬਨਕਟਵਾ ਵੀ ਬਣਿਆ ਹੈ। ਔਰ 23 ਤਾਰੀਖ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਯਾਨੀ ਕੱਲ੍ਹ, ਔਰ 25 ਤਾਰੀਖ ਨੂੰ ਉਹਦੀ ਸਮਾਪਤੀ ਹੋਏਗੀ। ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਸਿੱਖ ਚੈਨਲ ਵਾਲੇ ਵੀ ਜਿਹੜੇ ਇੰਗਲੈਂਡ ਦੀ ਧਰਤੀ ਤੋਂ ਇੱਥੇ ਪਹੁੰਚੇ ਹਨ, ਬਹੁਤ ਦੂਰ ਦੁਰਾਂਡੇ ਉਹਦੇ ਇਲਾਕਿਆਂ ਤੋਂ ਲੋਕ ਆਏ ਹਨ, ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਕਿਉਂਕਿ ਐਸਾ ਸਮਾਂ ਸਾਡੇ ਸਾਹਮਣੇ ਨਹੀਂ ਆਏਗਾ। ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ 25 ਤਾਰੀਖ ਨੂੰ ਵੀ ਉੱਥੇ ਪਹੁੰਚ ਕੇ ਗੁਰੂ ਘਰ ਦੀਆਂ ਆਪਾਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਔਰ ਇੱਕ ਵਾਰੀ ਫਿਰ ਤੁਹਾਡੇ ਚਰਨਾਂ ਵਿੱਚ ਬੇਨਤੀ ਕਿ ਬਹੁਤ ਸਾਰਾ ਖਰਚਾ ਇੱਥੇ ਹੋਣਾ ਹੈ, ਤਨ ਮਨ ਧਨ ਦੇ ਨਾਲ ਸਹਿਯੋਗ ਕਰੋ। ਬਾਹਰ ਰਸੀਦ ਭੁਗਲਾ ਕੇ ਸੇਵਾਦਾਰ ਬੈਠੇ ਹੋਏ ਹਨ, ਇੱਥੇ AC ਦੀ ਵੀ ਲੋੜ ਹੈ, ਇੱਥੇ ਜਨਰੇਟਰ ਦੀ ਵੀ ਲੋੜ ਹੈ। ਕੱਲ੍ਹ ਇੱਥੇ ਦੀ ਸਾਰੀ ਵਾਇਰਿੰਗ ਸੜ ਗਈ, ਅਟੈਂਡਮ ਯਕਾਯਕ 30-35-40 ਹਜ਼ਾਰ ਰੁਪਏ ਦਾ ਖਰਚਾ ਹੋਇਆ। ਇਹ ਸਾਰਾ ਖਰਚਾ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਹੀ ਹੋਣਾ ਹੈ। ਤੋ ਗੁਰੂ ਬਖਸ਼ਿਸ਼ ਕਰੇ ਕਿ ਦਿੱਤੇ ਹੋਏ ਦਸਵਾਂ ਦੇ ਵਿੱਚੋਂ ਮਾਇਆ ਕੱਢ ਕੇ ਧਰਮ ਦੀ ਬੀਮਾ ਕੰਪਨੀ ਦਾ ਆਪਾਂ ਪ੍ਰੀਮੀਅਮ ਜਮ੍ਹਾਂ ਕਰੀਏ। ਸਾਡੇ ਸਾਹਮਣੇ ਅਜੀਤ ਕੁਮਾਰ, ਕੌਸ਼ਲ ਕੁਮਾਰ, ਜਿਹੜੇ ਅਜੀਤ ਸਿੰਘ ਖੰਡੇ ਬਾਟੇ ਦਾ ਅੰਮ੍ਰਿਤ ਛੱਕਿਆ ਅਜੀਤ ਸਿੰਘ ਔਰ ਅਜੀਤ ਕੌਸ਼ਲ ਸਿੰਘ ਹੋ ਗਏ ਹਨ, ਇਹਨਾਂ ਨੇ ਇੱਕ ਸ਼ਬਦ ਦੀ ਹਾਜ਼ਰੀ ਭਰਨੀ, ਸਮਾਂ ਘੱਟ ਹੈ। ਸੋ ਆਪ ਸਭ ਇਹਨਾਂ ਨੂੰ ਹੌਸਲਾ ਅਫਜ਼ਾਈ ਕਰੋ, ਸੁਣੋ ਇਕਾਗਰਤਾ ਦੇ ਨਾਲ, ਪਿਆਰ ਸਤਿਕਾਰ ਦੇ ਨਾਲ ਅਸੀਸ ਦਿਓ। ਔਰ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨਨਾ, ਅਨੰਦ ਗੁਣੀ ਨਿਧਾਨ, ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ, ਗਰੀਬ ਨਿਵਾਜ, ਸਤਾ ਸਤਿਗੁਰ ਦਾਤਾ ਮੇਲੂ ਮਿਲਾਵੋ, ਹਰ ਨਾਮ ਦੇਵੋ ਆਧਾਰੇ, ਹਰ ਜੀਉ ਕਿਰਪਾ ਕਰੋ, ਹਰ ਜੀਉ ਕਿਰਪਾ ਕਰੋ, ਕਿਰਪਾ ਕਰੋ ਤੁਮ ਪਿਆਰੇ, ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ, ਹਰ ਜੀਉ ਕਿਰਪਾ ਕਰੋ, ਹਰ ਜੀਉ ਕਿਰਪਾ ਕਰੋ, ਕਿਰਪਾ ਕਰੋ ਤੁਮ ਪਿਆਰੇ, ਕਿਰਪਾ ਕਰੋ ਤੁਮ
हर नाम देवो आधारे हर जीव कृपा करो हर जीव कृपा करो कृपा करो तुम प्यारे कृपा करो तुम प्यार सतगुरु दाता मेघ मिलाओ सतगुरु दाता मेल मिलाओ हर नाम देव हर जीव कृपा
करो हर जियो कृपा करो कृपा करो तुम प्यारे कृपा करो तुम प्यारे सतगुरु मिलावो Yeah.